ओ दाना 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 व्याती बुटड़े नू हुण मनना पै गया पाणा अड़ गया किकरां च मेरा सतरंगिया जो बाणा मरदी ने अक चबिया ओ मरदी ने अक चबिया मैं तां छड़ के यार मखाणा रोंदी मैं मर जूं की मापियां दा जाणा रोंदी मैं मर जूं की मापियां दा जाणा रोंदी मैं मर जूं। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸ ਸਿੱਧੂ। ਮੈਂ ਬਈ ਉਹੀ ਮੁੰਡਾ ਜਿਹਨੂੰ ਤੁਸੀਂ ਬੋਲੀਆਂ ਦੇ ਵਿੱਚ ਦੇਖਿਆ, ਯੂਟਿਊਬ ਉੱਤੇ ਅਕਸਰ ਹੀ ਦੇਖਿਆ, ਇੰਨਾ ਤੁਸੀਂ ਪਿਆਰ ਦਿੱਤਾ। ਜਸ ਸਿੱਧੂ ਸਲੀਣਾ ਮੇਰਾ ਪਿੰਡ ਆ ਜੀ, ਮੋਗੇ ਜ਼ਿਲ੍ਹੇ 'ਚ ਮੇਰਾ ਇਹ ਪਿੰਡ ਪੈਂਦਾ ਜੀ। ਮੋਗੇ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ, ਮੋਗੇ ਤੋਂ 10-12 ਕਿਲੋਮੀਟਰ ਦੀ ਦੂਰੀ 'ਤੇ, ਫਿਰੋਜ਼ਪੁਰ ਵਾਲੀ ਸਾਈਡ ਨੂੰ। ਸੋ ਅੱਜ ਮੈਂ ਤੁਹਾਡੇ ਨਾਲ ਸਪੈਸ਼ਲ ਛੋਟੀ ਜਿਹੀ ਵੀਡੀਓ ਬਣਾਈ ਆ, ਅਤੇ ਸਾਰੇ ਜਾਣੇ ਐਂਡ ਤੱਕ ਜ਼ਰੂਰ ਦੇਖਣੀ ਹੈ। ਸਾਰੇ ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਕਮੈਂਟ ਕਰਦੇ ਹੋ, ਸਾਰੇ ਮੇਰੀ ਲਾਈਫ ਬਾਰੇ ਜਾਣਨਾ ਚਾਹੁੰਦੇ ਹੋ ਕਿ ਬਾਈ ਕੌਣ ਆ, ਕਿੱਥੋਂ ਆ, ਇਹਦੀਆਂ ਸੋਹਣੀਆਂ ਬੋਲੀਆਂ ਕਿੱਦਾਂ ਪਾ ਲੈਂਦਾ ਇਹ, ਹੈ ਨਾ। ਅਤੇ ਬਹੁਤ ਤੁਹਾਡੇ ਮਨਾਂ ਦੇ ਵਿੱਚ ਸਵਾਲ ਹੋਣਗੇ ਇੱਦਾਂ ਦੇ, ਹੈ ਨਾ। ਮੈਂ ਸਾਰਿਆਂ ਦੇ ਅੱਜ ਮੈਂ ਰਿਪਲਾਈ ਦੇਊਂਗਾ, ਸਾਰਿਆਂ ਦੇ ਮੈਂ ਜਵਾਬ ਦੇਊਂਗਾ, ਕੋਸ਼ਿਸ਼ ਕਰੂੰਗਾ। ਮੈਂ ਆਪਣੀ ਲਾਈਫ ਬਾਰੇ ਵੀ ਤੁਹਾਡੇ ਨਾਲ ਗੱਲਾਂ ਬਹੁਤ ਸ਼ੇਅਰ ਕਰੂੰਗਾ। ਮੇਰਾ ਵੀ ਦਿਲ ਕਰਦਾ ਸੀਗਾ ਕਿ ਤੁਹਾਡੇ ਨਾਲ ਇੱਕ ਪਰਸਨਲੀ ਤੌਰ 'ਤੇ ਵੀਡੀਓ ਬਣਾਈ ਜਾਵੇ ਅਤੇ ਹਰੇਕ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ, ਹੈ ਨਾ। ਸੋ ਜੀ, ਮੈਂ ਆਪਦੀ ਬੇਸਿਕ ਲਾਈਫ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਮੈਂ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਜੀ, ਅਤੇ ਅਸੀਂ 3 ਬ੍ਰਦਰ ਸਿਸਟਰ ਹਾਂ। ਮੈਂ ਇਕੱਲਾ ਹੀ ਬ੍ਰਦਰ ਹਾਂ ਜੀ, ਅਤੇ ਜਸ ਸਿੱਧੂ ਤੁਸੀਂ ਨਾਮ ਸੁਣਿਆ, ਸਿੱਧੂ ਮੇਰਾ ਗੋਤਾ ਜੀ, ਅਤੇ ਮੋਗੇ ਜ਼ਿਲ੍ਹੇ 'ਚ ਪਿੰਡ ਆ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਅਤੇ ਜੇ ਗੱਲ ਕਰੀਏ ਆਪਾਂ ਬੋਲੀਆਂ ਵਾਲੀ ਲਾਈਨ ਦੀ ਕਿ ਮੈਂ ਇਸ ਲਾਈਨ 'ਚ ਕਿੱਦਾਂ ਆ, ਬਹੁਤ ਕਰਦੇ, ਬਹੁਤ ਮੈਨੂੰ ਕਾਲਾਂ ਆਉਂਦੀਆਂ, ਸਾਰੇ ਪੁੱਛਦੇ ਬਾਈ ਯਾਰ ਤੂੰ ਇੰਨੀਆਂ ਬੋਲੀਆਂ ਸੋਹਣੀਆਂ ਕਿੱਦਾਂ ਪਾ ਲੈਂਦਾ, ਅਸੀਂ ਤੈਨੂੰ ਬਹੁਤ ਹੀ ਪਸੰਦ ਕਰਦੇ ਹਾਂ। ਬਹੁਤ ਕਈ ਇੱਦਾਂ ਦੀਆਂ ਕਾਲਾਂ ਆਉਂਦੀਆਂ ਵੀ, ਬਹੁਤ ਵਧੀਆ ਸਾਰੇ ਹੱਲਾਸ਼ੇਰੀ ਦਿੰਦੇ ਆ, ਮੈਨੂੰ ਵੀ ਵਧੀਆ ਲੱਗਦਾ ਇਹ ਗੱਲਾਂ ਨੂੰ, ਹੈ ਨਾ। ਬਹੁਤ ਹੌਸਲਾ ਹੁੰਦਾ ਉਹਨੂੰ, ਆਪਦੇ ਵੀ ਅੰਦਰ ਰੂਹ ਖੁਸ਼ ਹੁੰਦੀ ਆ ਕਿ ਯਾਰ ਅਸੀਂ ਵੀ ਕੁਛ ਚੰਗਾ ਕੰਮ ਕਰ ਰਹੇ ਹਾਂ, ਆਪਣਾ ਵੀ ਨਾਂ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰੀਏ, ਹੈ ਨਾ, ਹਰੇਕ ਯੰਗ ਜਨਰੇਸ਼ਨ ਦੀ ਸੋਚ ਆ ਕਿ ਉਹ ਉਹ ਥੋੜ੍ਹੇ ਚਰਚਾ ਦੇ ਵਿੱਚ ਆਵੇ, ਹੈ ਨਾ। ਸੋ ਮੈਂ ਵੀ ਸਕੂਲ ਟਾਈਮ ਤੋਂ ਮੈਨੂੰ ਬਹੁਤ ਸ਼ੌਂਕ ਸੀਗਾ ਗਾਉਣ ਦਾ ਵਜਾਉਣ ਦਾ, ਹੈ ਨਾ। ਸੋ ਮੈਂ ਪਲੱਸ ਟੂ ਤੱਕ ਪੜ੍ਹਿਆ, ਉਸ ਤੋਂ ਬਾਅਦ ਕਾਲਜ ਮੈਂ ਨਹੀਂ ਲੱਗਿਆ ਨਾ, ਐਵੇਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਕਹਿੰਦਾ ਕਿ ਉਦੋਂ ਥੋੜ੍ਹੀ ਜਿਹੀ ਡੈਡੀ ਕਿਉਂ ਇਕੱਲੇ ਆ, ਮੈਂ ਇਕੱਲਾ ਹੀ ਬ੍ਰਦਰ ਹਾਂ, ਫਿਰ ਖੇਤੀ ਦਾ ਕੰਮ ਮੈਂ ਨਾਲ ਕਰਾਉਣ ਲੱਗ ਗਿਆ। ਸੋ ਘਰਦਿਆਂ ਦੀ ਵੀ ਜਾਣ ਸੁੱਖ ਵਿੱਚ ਪੈ ਗਈ, ਅਤੇ ਫਿਰ ਤੁਹਾਨੂੰ ਪਤਾ ਜੱਟਾਂ ਨੂੰ ਇੱਕ ਆਮ ਹੀ ਗੱਲ ਹੁੰਦੀ ਹੈ ਕਿ ਆਪਾਂ ਨੂੰ ਕਿਹੜਾ ਨੌਕਰੀ ਦੇਣੀ, ਹੈ ਨਾ। ਅਤੇ ਇਹੀ ਫਿਰ ਧਾਰਨਾ ਥੋੜ੍ਹੀ ਜਿਹੀ ਆਪਣੇ ਘਰ ਵੀ ਸੀਗੀ, ਕਹਿੰਦੇ ਕਰਨਾ ਤਾਂ ਆਪਾਂ ਨੂੰ ਖੇਤੀ ਪੈਣੀ ਆ, ਨੌਕਰੀ ਤਾਂ ਮਿਲਣੀ ਨਹੀਂ, ਅਤੇ ਤੂੰ ਛੱਡ ਪਰੇ, ਫਿਰ ਕਾਹਦਾ ਖੇਤੀ 'ਚ ਪਏ, ਫਿਰ ਨਿਕਲੇ ਨਹੀਂ ਗਿਆ। ਸੋ ਇਹ ਮੇਰਾ ਸੁਪਨਾ ਫਿਰ ਉਹਨੂੰ ਦੱਬ ਕੇ ਰਹਿ ਗਿਆ ਸੀਗਾ। ਸੋ ਜਿਹੜਾ ਹੁਨਰ ਹੁੰਦਾ ਨਾ, ਕਹਿੰਦੇ ਆ ਕਿ ਜਿਹਦੇ ਅੰਦਰ ਕੋਈ ਹੁਨਰ ਹੈ ਉਹ ਕੁਦਰਤੀ ਆਪਣੇ ਆਪ ਨਿਕਲ ਕੇ ਬਾਹਰ ਆਉਂਦਾ। ਸੋ ਗੱਲ ਕਰਦੇ ਸੀ ਟੈਲੈਂਟ ਦੀ, ਜਿਹਦੇ ਅੰਦਰ ਕੋਈ ਟੈਲੈਂਟ ਹੁੰਦਾ ਨਾ ਵੀਰ, ਉਹਨੂੰ ਜਿੰਨਾ ਤੁਸੀਂ ਮਰਜ਼ੀ ਦਬਾ ਲਓ, ਇੱਕ ਦਿਨ ਜ਼ਰੂਰ ਉੱਭਰ ਕੇ ਸਾਹਮਣੇ ਆਉਂਦਾ, ਹੈ ਨਾ। ਸੋ ਤੁਹਾਡੇ ਨਾਲ ਇੱਦਾਂ ਗੱਲਾਂ ਦਾ ਸਿਲਸਿਲਾ ਹੀ ਮੈਂ ਸ਼ੁਰੂ ਰੱਖੂੰਗਾ ਜੀ, ਅਤੇ ਨਾਲ ਦੇ ਨਾਲ ਤੁਹਾਨੂੰ ਬੋਲੀਆਂ ਵੀ ਤੁਹਾਡਾ ਇੰਜੋਏ ਕਰਾਂਗੇ, ਹੈ ਨਾ। ਤੁਸੀਂ ਇੰਨਾ ਪਿਆਰ ਦਿੰਦੇ ਹੋ ਬੋਲੀਆਂ ਦਾ, ਮੈਂ ਤੁਹਾਨੂੰ ਬੋਰ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਬੋਰ ਵੀ ਨਾਲ ਹੋਵੋ, ਹੈ ਨਾ। ਸੋ ਮੈਂ ਸੋਰੀ ਪਹਿਲਾਂ ਫੀਲ ਕਰਦਾ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਬੋਲਣ ਦਾ ਪਤਾ ਨਹੀਂ ਹੈਗਾ, ਹੈ ਨਾ। ਸੋ ਜੋ ਮੇਰੇ ਦਿਲ ਦੇ ਹਾਵ ਭਾਵ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਹੈ ਨਾ, ਕਿਉਂਕਿ ਸਾਰੇ ਦੇਖਦੇ ਆ ਬਾਈ ਕੌਣ ਆ, ਕਾਲਾਂ 'ਤੇ ਮੈਨੂੰ ਪੁੱਛਦੇ, ਇਸ ਕਰਕੇ ਮੈਂ ਵੀਡੀਓ ਵੀ ਬਣਾਤੀ ਆ ਤੁਹਾਡੀ ਖਾਤਰ ਕਿ ਤੁਹਾਡੇ ਸਾਰੇ ਸਵਾਲਾਂ ਦੇ ਮੈਂ ਜਵਾਬ ਦੇ ਸਕਾਂ ਇਹਦੇ ਵਿੱਚ, ਹੈ ਨਾ। ਉਹੀ ਗੱਲ ਫਿਰ ਇੱਕ ਵਾਰੀ ਖੇਤੀ 'ਚ ਪੈ ਕੇ ਫਿਰ ਨਿਕਲਿਆ ਹੀ ਨਹੀਂ ਗਿਆ। ਸੋ ਜਿਹੜਾ ਟੈਲੈਂਟ ਸੀ ਫਿਰ ਤੁਹਾਡੇ ਸਾਹਮਣੇ ਇੱਕ ਦਿਨ ਆਉਣਾ ਹੀ ਸੀਗਾ, ਮੈਨੂੰ ਸ਼ੌਂਕ ਸੀਗਾ ਸਕੂਲ ਟਾਈਮ, ਮੈਂ ਫੰਕਸ਼ਨਾਂ ਦੇ ਵਿੱਚ ਹਿੱਸਾ ਲੈਂਦਾ ਸੀਗਾ ਅਤੇ ਗਾਉਣ ਗੂਣ ਦਾ ਬਹੁਤ ਸ਼ੌਂਕ ਸੀਗਾ ਮੈਨੂੰ, ਹੈ ਨਾ। ਅਤੇ ਪਰ ਉਦੋਂ ਫਿਰ ਤੁਹਾਨੂੰ ਪਤਾ ਬੱਚੇ ਸੀਗੇ, ਉਦੋਂ ਇੰਨਾ ਪਤਾ ਵੀ ਨਹੀਂ ਸੀਗਾ ਇਹਦੇ ਬਾਰੇ, ਪਤਾ ਤਾਂ ਹਾਲੇ ਵੀ ਨਹੀਂ ਗਿਆ, ਤੁਸੀਂ ਪਿਆਰ ਹੀ ਇੰਨਾ ਦਿੱਤਾ ਜਾ, ਅਤੇ ਮੈਂ ਤਾਂ ਆਪਣੇ ਆਪ ਨੂੰ ਇੱਕ ਆਮ ਜਿਹਾ ਬੰਦੇ ਸਮਝਦਾ ਬਈ ਇਹ ਤੁਹਾਡਾ ਪਿਆਰ ਆ, ਤੁਸੀਂ ਮੈਨੂੰ ਇੱਥੋਂ ਤੱਕ ਲੈ ਕੇ ਗਏ ਹੋ, ਹੈ ਨਾ। ਸੋ ਮੈਂ ਤਾਂ ਆਪਦੇ ਆਪ ਨੂੰ ਹਾਲੇ ਵੀ ਜ਼ੀਰੋ ਸਮਝਦਾ, ਤੁਸੀਂ ਮੈਨੂੰ ਬੇਸ਼ੱਕ ਹੀਰੋ ਸਮਝਦੇ ਹੋ, ਹਾਲੇ ਲਾਈਫ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦਾ, ਮੈਂ ਬਹੁਤ ਅੱਗੇ ਜਾਣਾ ਚਾਹੁੰਦਾ, ਹਜੇ ਤਾਂ ਸ਼ੁਰੂਆਤ ਆ। ਸੋ ਸਾਰੇ ਇੱਦਾਂ ਹੀ ਸਾਥ ਦਿੰਦੇ ਹੋ, ਇੱਦਾਂ ਹੀ ਪਿਆਰ ਦਿੰਦੇ ਰਹੋ ਜੀ, ਸਾਰੇ ਮੇਰੇ ਨਾਲ ਇੱਦਾਂ ਹੀ ਖੜ੍ਹੇ ਰਹੋ, ਜਿੰਨਾ ਤੁਹਾਡਾ ਪਿਆਰ ਆ ਬਈ, ਤੁਹਾਡਾ ਪਿਆਰ ਹੀ ਚਾਹੀਦਾ, ਕੁਛ ਨਹੀਂ ਚਾਹੀਦਾ। ਬਾਹਰੋਂ ਵੀ ਕਾਲਾਂ ਆਉਂਦੀਆਂ, ਇੱਦਾਂ ਦੇ ਵੀ ਮੇਰੇ ਕਈ ਵੀਰ ਭੈਣਾਂ ਨੇ ਬਾਹਰੋਂ ਕਾਲਾਂ ਕਰਦੇ ਨੇ, ਬਾਈ ਤੈਨੂੰ ਦੱਸ ਕੀ ਚਾਹੀਦਾ, ਤੈਨੂੰ ਅਸੀਂ ਕੋਰੀਅਰ ਕਰਦੇ, ਤੈਨੂੰ ਚੀਜ਼ ਚਾਹੀਦੀ ਕੀ ਆ। ਪਰ ਮੈਂ ਇਹੀ ਗੱਲ ਕਹਿਣਾ, ਮੈਨੂੰ ਬਾਈ ਕੁਛ ਨਹੀਂ ਚਾਹੀਦਾ, ਸਿਰਫ ਤੁਸੀਂ ਸਪੋਰਟ ਕਰੋ ਮੇਰੀ, ਅਤੇ ਬਸ ਇੱਦਾਂ ਹੀ ਪਿਆਰ ਦਿੰਦੇ ਰਹੋ, ਇੱਦਾਂ ਹੀ ਹੌਸਲੇ ਵਾਲੀਆਂ ਗੱਲਾਂ ਕਰਦੇ ਰਹੋ ਮੇਰੇ ਨਾਲ, ਅਤੇ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਇੱਦਾਂ ਕਹਿੰਦੇ ਆ ਯਾਰ ਜਸ ਤੂੰ ਬਹੁਤ ਦੂਰ ਤੱਕ ਜਾਏਗਾ ਇੱਕ ਦਿਨ। ਅਤੇ ਮੈਂ ਇੱਕ ਐਂ ਸਿੰਪਲ ਜੀ ਫੈਮਿਲੀ ਨੂੰ ਬਿਲੋਂਗ ਕਰਦਾ ਜੀ, ਅਤੇ ਦੋ ਮੇਰੀਆਂ ਸਿਸਟਰ ਨੇ, ਇੱਕ ਮੈਂ ਇਕੱਲਾ ਹੀ ਬ੍ਰਦਰ ਹਾਂ ਜੀ, ਸਿੱਧੂਆਂ ਦਾ ਮੁੰਡਾ ਮੈਂ, ਅਤੇ ਸਿਸਟਰ ਇੱਕ ਮੈਰਿਡ ਆ, ਇੱਕ ਅਨਮੈਰਿਡ ਨੇ, ਉਹਨਾਂ ਦੀ ਮੈਰਿਜ 12ਵੇਂ ਮਹੀਨੇ ਤੱਕ ਅਸੀਂ ਉਹ ਕਰ ਦੇਣੀ ਆ, ਅਤੇ ਮੈਰਿਜ ਫਿਕਸ ਹੋਈ ਵੀ ਉਹਨਾਂ ਦੀ।
ਜੀ ਇੱਕ ਹੁਣ ਤੁਹਾਨੂੰ ਵਿੱਚੋਂ ਬੋਲੀ ਸੁਣਾ ਦਿੰਦੇ ਹਾਂ, ਬੋਲੀ ਦਾ ਟਾਈਮ ਹੋ ਗਿਆ ਹਨਾ, ਅਤੇ ਤੁਸੀਂ ਵੇਟ ਕਰਦੇ ਹੋਵੋਗੇ, ਠੀਕ ਹੈ ਜੀ। ਉਹ ਯਾਰੀ 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 ਮੇਲੇ ਵਿੱਚ ਇਕੱਠ ਹੋ ਗਿਆ ਮੈਂ ਦੇਖੀ ਚੀਜ਼ ਨਿਆਰੀ। ਓ ਮੇਲੇ ਵਿੱਚ ਇਕੱਠ ਹੋ ਗਿਆ ਮੈਂ ਦੇਖੀ ਚੀਜ਼ ਨਿਆਰੀ, ਬਈ ਸਿਰ ਤੋਂ ਜੀਨੇ ਪਟੇ ਕਰਾਏ। ਉਹ ਸਿਰ ਤੋਂ ਜੀਨੇ ਪਟੇ ਕਰਾਏ, ਉੱਤੋਂ ਪੈਂਟ ਜੀਨ ਦੀ ਝਾੜੀ, ਬਈ ਕੋਲ ਜਾ ਕੇ ਮੈਂ ਪੁੱਛਿਆ ਉਹਨੂੰ। ਓ ਕੋਲ ਜਾ ਕੇ ਮੈਂ ਪੁੱਛਿਆ ਉਹਨੂੰ, ਟਾਈਮ ਕੀ ਹੋਇਆ ਯਾੜੀ। ਉਹ ਮੈਨੂੰ ਕਹਿੰਦੀ ਹਟ ਵੇ ਮੁੰਡਿਆ, ਮੈਂ ਹਾਂ ਕੁੜੀ ਕੁਆਰੀ। ਉਹ ਚੰਦਰੇ ਫੈਸ਼ਨ ਨੇ ਜੜੋਂ ਪਟਾਤੀ ਦਾੜੀ, ਚੰਦਰੇ ਫੈਸ਼ਨ ਨੇ ਜੜੋਂ ਪਟਾਤੀ ਦਾੜੀ, ਚੰਦਰੇ ਫੈਸ਼ਨ ਨੇ। ਉਹ ਸਾਨੂੰ ਤਾਂ ਤੂੰ ਥਾਪ ਕੇ ਰੱਬਾ ਆਪ ਹੋ ਗਿਆ, ਨਾ ਵੇ ਸਾਡੇ ਵਾਰੀ ਕਾਲ ਪੈ ਗਿਆ। ਉਹ ਸਾਡੇ ਵਾਰੀ ਕਾਲ ਪੈ ਗਿਆ, ਮੁੱਖੀਆਂ ਤੇਰੇ ਕੋਲ ਰੰਨਾ, ਬਈ ਜੇ ਕਿਧਰੇ ਮੈਨੂੰ ਇਕੱਲਾ ਮਿਲ ਜੇ। ਉਹ ਜੇ ਕਿਧਰੇ ਮੈਨੂੰ ਇਕੱਲਾ ਮਿਲ ਜੇ, ਦੋਨੇ ਗਿੱਟੇ ਪੰਨਾ ਕਿਰਪਾ ਕਰਦੇ ਤੂੰ, ਦੇਸ਼ੜਿਆਂ ਨੂੰ ਰੰਨਾ ਕਿਰਪਾ ਕਰਦੇ ਤੂੰ, ਦੇਸ਼ੜਿਆਂ ਨੂੰ ਰੰਨਾ ਕਿਰਪਾ ਕਰਦੇ ਤੂੰ। ਸੋ ਅਮੀਦਾ ਤੁਹਾਨੂੰ ਉਹ ਵਧੀਆ ਲੱਗੀ ਹੋਊਗੀ ਬੋਲੀ, ਠੀਕ ਹੈ ਜੀ। ਸੋ ਮੈਂ ਵੀ ਚਾਹੁੰਦਾ ਯਾਰ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਬੋਲੀਆਂ ਲੈ ਕੇ ਆਵਾਂ। ਬਹੁਤ ਮੈਂ ਲਿਖਣ ਦਾ ਸ਼ੌਂਕ ਆ, ਮੈਂ ਬਹੁਤ ਬੋਲੀਆਂ ਲਿਖੀਆਂ ਪਈਆਂ, ਅਤੇ ਪਰ ਹੁਣ ਕੀ ਕਰੀਏ, ਸਾਰਾ ਮਾਹੌਲ ਹੀ ਇੱਦਾਂ ਦਾ ਹੋਇਆ ਪਿਆ, ਕਿਉਂਕਿ ਤੁਹਾਨੂੰ ਪਤਾ ਸਾਰਾ ਆਪਣਾ ਆਲ ਵਰਲਡ ਬੰਦ ਹੋਇਆ ਪਿਆ, ਅਤੇ ਫਿਰ ਮੈਰਿਜਾਂ ਮੁਰਜਾਂ ਸਾਰੀਆਂ ਹੀ ਬੰਦ ਹੋਈਆਂ ਹੋਈਆਂ। ਸੋ ਥੋੜ੍ਹਾ ਐਡਜਸਟ ਕਰ ਲਿਓ ਬਾਈ ਜੀ, ਅਤੇ ਬਸ ਇੱਦਾਂ ਹੀ ਪਿਆਰ ਦਿੰਦੇ ਰਹੋ। ਮੇਰਾ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਵਾਸਤੇ ਨਵਾਂ ਲੈ ਕੇ ਆਵਾਂ। ਸੋ ਮੇਰੀ ਅੱਜ ਪਹਿਲੀ ਵੀਡੀਓ ਸੀ, ਜੇ ਤੁਸੀਂ ਇਹਨੂੰ ਲਾਈਕ ਕਰਦੇ ਹੋ, ਵਧੀਆ ਪਸੰਦ ਕਰਦੇ ਹੋ, ਫਿਰ ਆਪਾਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਣੀਆਂ ਸਟਾਰਟ ਕਰ ਲਾਂਗੇ, ਕਿਉਂਕਿ ਜਿੰਨੀ ਦੇਰ ਆਪਾਂ ਘਰ ਦੇ ਵਿੱਚ ਬੰਦ ਆ, ਉਨੀ ਦੇਰ ਫਿਰ ਆਪਾਂ ਨੂੰ ਕੋਈ ਨਾ ਫਿਰ ਥੋੜ੍ਹਾ ਐਂਟਰਟੇਨਮੈਂਟ ਤਾਂ ਮੈਂ ਕਰਨਾ ਹੀ, ਕਿਉਂਕਿ ਮੈਂ ਲਾਈਵ ਵੀ ਹੁੰਦਾ ਉਹਨਾਂ ਯੂਟਿਊਬ 'ਤੇ। ਸੋ ਬਹੁਤ ਵੀਰ ਇੱਦਾਂ ਦੇ ਆ ਜਿਹੜੇ ਰਹਿ ਜਾਂਦੇ ਨੇ ਲਾਈਵ ਦੇਖਣ ਵੱਲੋਂ, ਸੋ ਉਹਦੇ ਉੱਤੇ ਲਾਈਵ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਆਉਂਦੀ ਆ, ਕਿਉਂਕਿ ਫਿਰ ਕਦੇ ਆਵਾਜ਼ ਕੱਟੀ ਗਈ, ਕਦੇ ਕੁਝ ਹੋ ਗਿਆ, ਕਦੇ ਕੁਝ ਹੋ ਗਿਆ, ਹੈ ਨਾ, ਅਤੇ ਇਹ ਚੀਜ਼ਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ, ਅਤੇ ਫਿਰ ਉਵੇਂ ਫਿਰ ਮੈਨੂੰ ਵੀ ਸਵਾਦ ਨਹੀਂ ਆਉਂਦਾ ਯਾਰ, ਗੱਲ ਕਿਸੇ ਨੂੰ ਪ੍ਰੋਪਰ ਸਮਝ ਹੀ ਨਾ ਆਵੇ। ਇਸੇ ਕਰਕੇ ਮੈਂ ਅੱਜ 5-4 ਮਿੰਟ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਜੀ, ਅਤੇ ਉਮੀਦ ਆ ਤੁਹਾਨੂੰ ਪਸੰਦ ਆਊਗੀ। ਅਤੇ ਬਾਕੀ ਤੁਸੀਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾ ਜੀ, ਉਹ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਸੋ ਤਾਂ ਹੀ ਤੁਹਾਡੇ ਨਾਲ ਹੀ ਫਿਰ, ਜੇ ਤੁਸੀਂ ਸਬਸਕ੍ਰਾਈਬ ਕਰੋਗੇ ਜਾਂ ਤੁਸੀਂ ਮੇਰੀਆਂ ਵੀਡੀਓ ਲਾਈਕ ਕਰੋਗੇ, ਤੁਹਾਡੇ ਤੱਕ ਮੇਰੀਆਂ ਨੈਕਸਟ ਵੀਡੀਓ ਆਪਣੇ ਆਪ ਹੀ ਆਉਂਦੀਆਂ ਰਹਿਣੀਆਂ, ਕਿਉਂਕਿ ਯੂਟਿਊਬ ਨੂੰ ਪਤਾ ਲੱਗ ਜਾਂਦਾ ਇਸ ਪਰਸਨ ਨੂੰ ਇਹ ਲਾਈਕ ਕਰਦੇ ਆ, ਇਸ ਕਰਕੇ ਯੂਟਿਊਬ ਉਹਨਾਂ ਦੇ ਕੋਲ ਆਪਣੇ ਆਪ ਕੱਢ ਕੇ ਇਹ ਰੱਖਦਾ ਵੀਡੀਓ। ਸੋ ਬਾਈ ਜੀ ਸਾਰੇ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਮੈਂ ਸਭ ਦੇ ਕਮੈਂਟ ਰੀਡ ਕਰਦਾ। ਜਿਹੜੀ ਵੀ ਚੀਜ਼ ਕੋਈ ਗਲਤ ਲੱਗਦੀ ਤੁਸੀਂ ਦੱਸੋ, ਮੈਂ ਤੁਹਾਡਾ ਭਰਾ ਛੋਟਾ, ਆਪਾਂ ਉਹ ਚੀਜ਼ ਦਾ ਸੁਧਾਰ ਕਰਾਂਗੇ, ਠੀਕ ਹੈ ਜੀ। ਸੋ ਸਾਰੇ ਜਾਣੇ ਇੱਦਾਂ ਹੀ ਪਿਆਰ ਦਿੰਦੇ ਰਹੋ ਬਾਈ, ਅਤੇ ਤੁਹਾਡੇ ਹੌਸਲੇ ਸਿਰ 'ਤੇ ਹੀ ਆ ਮੈਂ ਇੱਥੇ ਤੱਕ ਪਹੁੰਚਿਆ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ।